घर दे विच गरीबी होवे ते दूजा बीमारी होवे ता घर दे हालात तुसीं सोच सकदे हो कि किदां दे होणगे। एक अजिहा ही परिवार रहिंदा है संगरूर जिले के पिंड वालियां दे विच जिथे कि प्रधानमंत्री आवास योजना के तहत लिस्ट विच दो बार नाम भी परिवार का आ चुकिया है, लेकिन अजे तक यह परिवार इस सहूलत तो वांझा है। घर के जीआं दे मुताबिक दफ्तरां दे चक्कर लगा के वह बुरी तरह थक चुके ने ते घर दे हालात इस कदर माड़े ने कि इस परिवार दे घर दे एक कमरे की छत ते कुछ बाले भी डिग चुके ने। जे रसोई की गल करिए रसोई घर दे उपर एक टीन की चादर लगा के गुजारा किया जा रहा है। तस्वीरां दे विच तुसीं साफ वेख सकते हो परिवार का मोढ़ी अपने ही पिंड दे विच हेयर ड्रैसर का काम करता है। उसकी पत्नी के सिर दे विच गंढ होण करके उसका ऑपरेशन पैसे की थुड़ करके नहीं हो रहा। हालात इस कदर माड़े ने कि गरीबी होने के करके दवाई लियानी भी मुश्किल हो रही है। मैं जी आवास योजना विच पैसे कराया सीगा जी, अप्लाई कराया होया सीगा ते मैं 16 दा फिरदा जी, मगर मेरा सारा कुछ होया होया जी। 16 की 16 ਦਾ ਜੀ ਅਪਲਾਈ ਕਰਿਆ ਸੀਗਾ ਘਰ ਦਾ ਜੀ। ਕਿਹੜੀ 16? 2016 ਜੀ। ਅੱਛਾ ਜੀ। ਹਾਂਜੀ ਉਦੋਂ ਦਾ ਅਪਲਾਈ ਕਰਿਆ ਸੀਗਾ ਜੀ, ਮੇਰਾ ਨਾਂ ਆਉਂਦਾ ਲਿਸਟ 'ਚ ਜੀ, ਵੇਟਿੰਗ 'ਚ ਪਾ ਦਿੰਦੇ ਨੇ ਲਿਸਟ 'ਚ ਨਾਂ ਆਉਂਦਾ ਜੀ ਵੇਟਿੰਗ 'ਚ। ਹੁਣ 2023 ਦੀ ਲਿਸਟ 'ਚ ਵੀ ਮੇਰਾ ਨਾਂ ਆ ਜੀ ਜਿਹੜੀ ਅਪਡੇਟ ਹੋਈ ਆ ਜੀ। ਕਿੰਨੇ ਵਾਰੀ ਲਿਸਟ 'ਚ ਨਾਮ ਆ ਚੁੱਕਿਆ ਮੇਰਾ ਜੀ? 5-6 ਵਾਰੀ ਲਿਸਟ 'ਚ ਨਾਂ ਆ ਗਿਆ ਜੀ, ਪੈਸੇ ਨਹੀਂ ਪਾਉਂਦੇ ਹੈਗੇ ਵੇਟਿੰਗ 'ਚ ਪਾ ਦਿੰਦੇ। ਕੀ ਕਾਰਨ ਸਮਝਦੇ ਹੋ? ਕਿਸੇ ਨੂੰ ਮਿਲਿਓ ਜਾ ਕੇ ਉੱਚ ਅਧਿਕਾਰੀ ਨੂੰ? ਸਰ ਮੈਂ ਤਾਂ ਜੀ 10-10 15-15 ਵਾਰ ਵਗ ਗਿਆ ਜੀ, ਉੱਥੇ ਕੋਈ ਪੁੱਛ ਗਿੱਛ ਨਹੀਂ ਕਰਦਾ ਜੀ ਦਫ਼ਤਰਾਂ 'ਚ। ਜਿਹੜੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਕਦੇ ਮੁਲਾਕਾਤ ਕੀਤੀ? ਕੀਤੀ ਹੈ ਜੀ, ਉਹ ਪਾਰਟੀ ਪੱਧਰ 'ਤੇ ਕਹਿ ਦਿੰਦੇ ਨੇ ਤੇਰੇ ਭਾਈ ਤੋਂ ਕਰਾ ਲਾ ਜੀ, ਮੇਰਾ ਭਾਈ ਆਪ ਵਾਲਿਆਂ ਨਾਲ ਜੁੜਿਆ ਹੋਇਆ ਜੀ ਕੋਈ, ਉਹ ਕਹਿੰਦੇ ਵੀ ਉਹ ਤੋਂ ਕੰਮ ਕਰਾ ਲਾ, ਵੀ ਅਸੀਂ ਨਹੀਂ ਕਰਦੇ ਹੈਗੇ ਜੀ। ਜਵਾਬ ਹੀ ਹੈ ਜੀ ਹਜੇ ਪਾਈ ਨਹੀਂ ਜੀ, ਬਹੁਤ ਸਾਲ ਹੋ ਗਏ ਫਿਰਦਿਆਂ ਨੂੰ, ਕੋਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ। ਆ ਕੇ ਮੁੜਦਿਆਂ ਦੇ ਨੇ ਫੋਟੋਆਂ ਖਿੱਚ ਲੈਂਦੇ ਨੇ ਪਰ ਕਿਸੇ ਨੇ ਤੱਕ ਮਦਦ ਨਹੀਂ ਕਰੀ ਸਾਡੀ। ਜਿਹੜੀ ਤੁਹਾਨੂੰ ਤਕਲੀਫ ਹੈ, ਕੀ ਦਿੱਕਤ ਆਉਂਦੀ ਹੈ ਤੁਹਾਨੂੰ? ਮੇਰੇ ਸਿਰ 'ਚ ਗੱਠ ਹੈ ਜੀ, ਦਿਮਾਗ 'ਚ ਮੈਨੂੰ ਚੱਕਰ ਹੋ ਜਾਂਦੇ ਨੇ, ਨਹੀਂ ਪਤਾ ਲੱਗਦਾ ਵੀ ਕੀ ਹੋ ਗਿਆ, ਮੈਨੂੰ ਅੱਖਾਂ ਮੂਹਰੇ ਨਹਿਰ ਆ ਜਾਂਦਾ ਹੈਗਾ ਮੇਰੇ। ਸੰਗਰੂਰ ਵੀ ਦਿਖਾਇਆ ਕਿਸੇ ਨੂੰ? ਹਾਂਜੀ ਸੰਗਰੂਰ ਦਿਖਾਇਆ ਤੀ ਸਰਕਾਰੀ 'ਚ, ਉਹ ਕਹਿੰਦੀ ਓਪਰੇਸ਼ਨ ਹੈਗਾ ਵੀ ਉਰੇ ਨਹੀਂ ਸਾਡੇ, ਵੀ ਹੋ ਸਕਦਾ ਵੀ ਪਟਿਆਲੇ ਕਰਾਓ ਜਾਂ ਚੰਡੀਗੜ੍ਹ ਜਾਓ। ਉਹਨਾਂ ਨੇ ਚੰਡੀਗੜ੍ਹ ਭੇਜ ਦਿੱਤਾ ਤੀ ਸਾਨੂੰ ਜੀ। ਅਸੀਂ ਫਿਰ ਪਟਿਆਲੇ ਤੋਂ ਦਵਾਈ ਖਾਂਦੇ, ਉਹ ਡਾਕਟਰ ਕਹਿੰਦਾ ਵੀ ਓਪਰੇਸ਼ਨ ਦੀ ਤਾਂ ਅਜੇ ਲੋੜ ਨਹੀਂ ਜੀ, ਫਿਰ ਕਰਾ ਲਿਓ ਤੁਸੀਂ, ਮੇਰੇ ਦਵਾਈ ਨਾਲ ਦਰਦ ਟਿਕਿਆ ਰਹੂਗਾ, ਚੱਕਰ ਨਹੀਂ ਆਉਣਗੇ ਤੁਹਾਨੂੰ। ਹੁਣ ਦਵਾਈ ਹਾਂਜੀ ਦਵਾਈ ਮੁੱਕੀ ਪਈ ਹੈ ਜੀ, ਮੇਰੀ ਦਵਾਈ ਨਹੀਂ ਆ ਸਕੀ ਜੀ, ਪੈਸੇ ਨਹੀਂ ਤੇ ਸਾਡੇ ਕੋਲ। ਹੁਣ ਮੇਰੇ ਤਾਂ ਤੜਕੇ ਵੀ ਚੱਕਰ ਇੰਨੇ ਆ ਗਏ ਜੀ ਜਿੰਨੇ ਕਹਿ ਦਿਓ, ਫਿਰ ਮੈਂ ਮੰਜੇ 'ਚ ਡਿੱਗਣਾ ਪਿਆ ਮੈਨੂੰ, ਅੱਖਾਂ ਮੂਹਰੇ ਨਹਿਰ ਆ ਜਾਂਦਾ ਜੀ ਮੇਰੇ। ਦੇਖੋ ਜੀ ਕਹਿਣਾ ਇਹ ਚਾਹੁੰਦੇ ਹਾਂ ਵੀ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ, ਇੱਕ ਤਾਂ ਗਰੀਬੀ ਉੱਤੋਂ ਬਿਮਾਰੀ, ਔਰ ਉੱਤੋਂ ਜਿਹੜਾ ਘਰ ਹੈਗਾ ਉਹਦੀ ਛੱਤ ਡਿੱਗੀ ਪਈ ਆ। ਜਦੋਂ ਬਰਸਾਤ ਪੈ ਜਾਂਦੀ ਆ ਕਿਤੇ ਤਾਂ ਅਸੀਂ ਘਰਾਂ ਦੇ ਵਿੱਚ ਪਕੌੜੇ ਬਣਾਉਂਦੇ ਹਾਂ ਖੁਸ਼ੀ ਮਨਾਉਂਦੇ ਹਾਂ ਵੀ ਬਰਸਾਤ ਪੈ ਗਈ ਮੌਸਮ ਵਧੀਆ, ਕਿਤੇ ਇਹ ਫਿਕਰ ਪੈ ਜਾਂਦੀ ਵੀ ਸਾਡੇ ਜਵਾਕ 'ਤੇ ਸਾਡਾ ਸਾਰਾ ਕੁਛ ਭੇਜਣਾ ਹੈਗਾ। ਇਹ ਬਹੁਤ ਮਤਲਬ ਇੱਕ ਬੇਨਤੀ ਹੈਗੀ ਸਰਕਾਰਾਂ ਨੂੰ, ਸਾਡੇ ਜਿਹੜੇ ਹੈਗੇ ਨੇ ਕਿ ਜਿਵੇਂ ਆਹ ਲਿਸਟਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦਾ ਨਾਮ ਆ ਗਿਆ। ਮੈਂ ਵੀਰ ਦੇ ਨਾਲ ਖੁਦ ਦਫ਼ਤਰਾਂ ਦੇ ਵਿੱਚ ਗਿਆ ਗਾ ਵੀਰ ਜੀ, ਉੱਥੇ ਜਾ ਕੇ ਦੇਖਿਆ ਤਾਂ ਕੋਈ ਮਤਲਬ ਜਿਹੜੇ ਅਧਿਕਾਰੀ ਨੇ ਕੋਈ ਕਰਮਚਾਰੀ ਨੇ ਕੋਈ ਕਿਸੇ ਦੀ ਸਾਰ ਨਹੀਂ ਦਿੱਤੀ 2016 ਤੋਂ, ਆਹ 2023 ਚੱਲ ਰਿਹਾ। ਇੱਕ ਪਾਸੇ ਤਾਂ ਅਸੀਂ ਵੱਡੇ ਵੱਡੇ ਵਾਅਦੇ ਕਰਦੇ ਵੀ ਜਿਹੜਾ ਗਰੀਬ ਆ ਉਹਨੂੰ ਛੱਤ ਮਿਲੂਗੀ, ਪਰ ਮੈਂ ਕਹਿਣਾ ਇਹ ਜਿਹੜੀ ਮੌਤ ਦੀ ਇੱਕ ਛੱਤ ਆ ਗਈ, ਜਿਹੜੇ ਇੱਟ ਵਾਲੇ ਕਦੋਂ ਵੀ ਡਿੱਗਦੇ ਨੇ ਗੁੜੀਆਂ ਦੇ ਪਹਿਲਾਂ ਸਿਰ 'ਚ ਵੱਜਿਆ ਸੀਗਾ ਬਾਲਾ ਕੇ, ਪਰ ਕੋਈ ਧਿਆਨ ਨਹੀਂ ਦੇ ਰਹੇ। ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ।